أعوذ بالله من الشيطان الرجيم بسم الله الرحمن الرحيم ربي اشرح لي صدري ويسر لي امري واحلل عقده من لساني يفقهوا قولي سوره آل عمران آیت نمبر 41 اے ماڑے رب ماڑے واسطے کوئی نشانی بنائی سٹو فرمایا تسانی نشانی اے ہی کہ تساں ترے روز تک لوکاں سو گل نہیں کری سکن لگے ہو مگر اشارے نال تے اپنے رب کی بہت زیادہ یاد کرو ਅਤੇ ਸ਼ਾਮ ਅਤੇ ਸੁਬਹਾ ਤਸਬੀਹ ਕਰੋ। ਹੁਣ ਜਿਸਲੇ ਜ਼ਕਰੀਆ ਅਲੈਹਿ ਸਲਾਮ ਕੀ ਅੱਲਾਹ ਤਾਲਾ ਇਸ ਗੱਲਾਂ ਦਾ ਜਵਾਬ ਦਿੱਤਾ ਕਿ ਅੱਲਾਹ ਤਾਲਾ ਕੀ ਕੋਈ ਜ਼ਾਹਰੀ ਅਸਬਾਬ ਮੁਹਤਾਜ ਨਹੀਂ ਕਰੀ ਸਕਣੇ, ਅੱਲਾਹ ਤਾਲਾ ਜੋ ਚਾਹਣ ਉਹ ਕਰੀ ਸਕਣੇ, ਅਤੇ ਉਹਨਾਂ ਨਾਲ ਤਾਜੁਬ ਇਸ ਹੱਦ ਤੱਕ ਵਧਿਆ ਕਿ ਇਹਨਾਂ ਅੱਲਾਹ ਤਾਲਾ ਸੂੰ ਇੱਕ ਨਿਸ਼ਾਨੀ ਨਹੀਂ ਦਰਖਾਸਤ ਕੀਤੀ ਕਿ ਅੱਲਾਹ ਤਾਲਾ ਮਿਕੀ ਕੋਈ ਇਸ ਤਰ੍ਹਾਂ ਦੀ ਨਿਸ਼ਾਨੀ ਦੱਸੋ ਕਿ ਜਿਸ ਨਾਲ ਮਿਕੀ ਇਸ ਗੱਲਾਂ 'ਚ ਕਾਮਿਲ ਯਕੀਨ ਹੋਈ ਗੱਛ ਹੈ ਕਿ ਇਹ ਗੱਲ ਹੋਣੇ ਵਾਲੀ ਹੈ। ਅਤੇ ਅੱਲਾਹ ਤਾਲਾ ਫਰਮਾਇਆ ਕਿ ਤੁਸਾਂ ਵਾਸਤੇ ਨਿਸ਼ਾਨੀ ਇਹ ਹੀ ਕਿ ਤੁਸਾਂ ਤ੍ਰੈ ਰੋਜ਼ ਤੱਕ ਸਹੀ ਸਲਾਮਤ ਹੋਣੇ ਨੇ ਬਾਵਜੂਦ ਇਸ਼ਾਰੇ ਨੇ ਸਿਵਾ ਲੋਕਾਂ ਨਾਲ ਗੱਲ ਨਹੀਂ ਕਰੀ ਸਕਣ ਲੱਗੇ ਹੋ। ਅਤੇ ਜਿਸਲੇ ਤੁਸਾਂ ਪਰ ਇਹ ਤ੍ਰੈ ਦਿਹਾੜੇ ਬੀਤਣ ਕਿ ਤੁਸਾਂ ਗੱਲ ਨਾ ਕਰੀ ਸਕੋ ਅਤੇ ਸਿਰਫ ਇਸ਼ਾਰੇ ਨਾਲ ਆਪਣੀ ਗੱਲ ਕਰੀ ਸਕੋ, ਅਤੇ ਤੁਸਾਂ ਆਪਣਾ ਸਾਰਾ ਵਕਤ ਅੱਲਾਹ ਤਾਲਾ ਨੇ ਜ਼ਿਕਰ ਅਤੇ ਸ਼ੁਕਰ ਅਤੇ ਤਸਬੀਹ ਵਿੱਚ صرف کرو۔ وآخر دعوانا ان الحمد للہ رب العالمین۔ قال رب اجعلني آیہ قال آیتک الا تکلم الناس ثلاثة ایام الا رمزا واذکر ربک کثیرا وسبح بالعشی والابکار۔